ਅਸਲਾਮੁਆਲਿਕੋ ਦੋਸਤੋ ਕਿੱਲ ਠੀਕ ਹੈ ਮੈਂ ਤੁਹਾਡਾ ਆਪਣਾ ਜਦਨੀ ਖਾਨ ਤੁਸਾਂ ਨੇ ਦੇ ਮੇਰਾ YouTube ਚੈਨਲ ਜਵੇਦ ਇਕਬਾਲ ਵਲਾਗ ਦੋਸਤੋ ਉਮੀਦ ਹੈ ਖੈਰੀਤ ਨਾਲ ਸੋ ਠੀਕ ਠਾਕ ਹੋ ਸੋ ਖੁਸ਼ਬਾਸ਼ ਹੋ ਸੋ ਦੋਸਤੋ ਅੱਜ ਕਮ ਢੇਰ ਦਿਵਾਰਾਂ ਬਾਅਦ ਮੈਂ ਜਿਕ ਵਲਾਗ ਚਾੜਨ ਆਲਾ ਉਮੀਦ ਹੈ ਕਿ ਦੋਸਤੋਂ ਨੂੰ ਪਸੰਦਾ ਸੇ ਅੱਜ ਮੈਂ ਖਣਾ ਥਿਆ ਆਪਣੇ ਘਰ ਦੇ ਵਿੱਚ ਤੋਕ ਮੈਂ ਆਪਣੇ ਘਰ ਦਾ ਜ ਮਾਹੌਲ ਲਿਖੇਦਾ ਪਿਆ ਇਨਸ਼ਾਅੱਲਾ ਬਹੁਤ ਮਜ਼ਾ ਆਸੀ ਅੱਜ ਘਰ ਦੇ ਜਿੰਨਾ ਬਾਗੀਚਾ ਹੈ ਸਾਰਾ ਤੋਕ ਲਿਖੇਦਾ ਪਿਆ ਜਿੰਨਾ ਯਾਨੀ ਕਿ ਫੁੱਲ ਬੂਟੇ ਲਾਈ ਪਏ ਹੈ ਜਿਹੜੇ ਜਿਹੜੇ ਸਾਫ ਕਿਤਾਬ ਹੈ ਸਾਰਾ ਇਨਸ਼ਾਅੱਲਾ ਭਰਾਵਾਂ ਨੂੰ ਮੈਂ ਦਿਖਾਵਾਂਗਾ ਮੇਰੇ ਚੈਨਲ ਨੂੰ ਮੇਰੀ ਵੀਡੀਓ ਨੂੰ ਦੇਖਣ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾਲ ਬੈਲ ਆਈਕਨ ਦਾ ਬਟਨ ਦਬਾਸੋ ਤਾਂ ਕਿ ਹਰ ਵਨਰ ਵੀਡੀਓ ਮੇਰੇ ਭਰਾਵਾਂ ਨੂੰ ਟਾਈਮ ਤੇ ਮਿਲ ਬਣੇ ਦੋਸਤੋ ਜੁਲਦੇ ਇਨਸ਼ਾਅੱਲਾ ਹੁਣ ਤੋਕ ਲਿਖੇਦਾ ਪਿਆ ਪਹਿਲੇ ਪਹਿਲੇ ਮੈਂ ਆਇਆ ਖਣ ਦੇਖ ਤੁਸੀਂ ਦੇਖ ਛੋਟੇ ਲਾਚੀ ਜਨ ਕੇ ਜਿਹੜੀ ਚਾਹ ਦੇ ਵਿੱਚ ਅਸਾਂ ਪੈਂਦੇ ਆ ਜਿਹੜੇ ਸਿਵਾਈਆਂ ਦੇ ਵਿੱਚ ਪਾ ਕੇ ਅਸਾਂ ਖਾਣੇ ਖੁਸ਼ਬੂ ਵਾਸਤੇ ਤੋਕ ਮੈਂ ਦੇਖੇ ਦੀਆਂ ਨਾ ਪੈਂਦੇ ਫੁੱਲ ਬਿਲਕੁਲ ਹਲ ਹੁਣੀ ਤੇ ਫੁੱਲ ਫੁੱਟਦੇ ਵਦਨ ਦੇਖ ਸਕਦੇ ਤੁਸੀਂ ਆਪਣੇ ਅੱਖੀ ਦੇ ਨਾਲ ਬਿਲਕੁਲ ਇਹ ਛੋਟੇ ਛੋਟੇ ਜਿਹੜੇ ਉੱਤੇ ਤੋਕੋ ਦਾਣੇ ਦਿਸਦੇ ਪੈ ਇਹ ਇਹ ਦੇਖ ਸਕਦੇ ਦੇਖ ਬਿਲਕੁਲ ਇਹ ਜਿਹੜੇ ਤੋਕੋ ਦਾਣੇ ਦਿਸਦੇ ਹਨ ਉੱਤੇ ਬਿਲਕੁਲ ਛੋਟੇ ਛੋਟੇ ਨਮ ਤੂ ਹਰ ਪਾਸੋਂ ਘੁੰਮ ਕੇ ਰਿਹਾ ਮੈਂ ਇਹ ਬਿਲਕੁਲ ਠਹਿ ਗਈ ਹੈ ਇਹ ਥੋੜੀ ਠੀਕ ਹੈ ਕਦਰੇ ਵੜੀ ਤਕਰੀਬਨ ਇਹਦੀ ਉਮਰ ਹੈ 2 ਸਾਲ 2 ਸਾਲਾਂ ਦੀ ਗਈ ਇਹ ਵਾਸਤੇ ਐਸਾ ਇੱਕ ਧਾਗੇ ਦੇ ਨਾਲ ਟੈਟ ਕਰਕੇ ਬਾਧਿਤੇ ਬੱਚੇ ਆਨੇ ਹਨ ਨਾ ਤੇ ਵਤੀ ਕੁ ਹੱਥ ਸਾਥ ਲੈਣੇ ਨੇ ਜਿੰਨਾਂ ਲੜਿਆ ਨੇ ਥੋੜੇ ਨੇ ਹਣ ਦੋਸਤੋ ਇਹ ਅਗਰ ਕਹੇ ਘਰ ਦੇ ਵਿੱਚ ਕਾਇ ਨਹੀਂ ਕਹੇ ਸਾਰੇ ਦੋਸਤ ਜਿਹੜੇ ਵੀਡੀਓ ਦੇਖਣ ਵਾਲੇ ਹਨ ਉਹਨਾਂ ਦੇ ਖਾਰਿਜਖਾਨੇ ਤਾਂ ਮੈਂ ਤਾਂ ਤੁਹਾਨੂੰ ਇਹ مشورہ ਦੱਸਾਂ ਕਿ ਇਹ ਚੀਜ਼ ਤੁਹਾਨੂੰ ਲੈਣੀ ਚਾਹੀਦੀ ਕਿਉਂਕਿ ਚਿਰਕ ਸਵੇਲ ਅਗਰ ਇਲਾਚੀ ਨਹੀਂ ਮਿਲਦੀ ਕਸਡਰ ਵੰਦਾ ਬੜਾ ਗਿੰਦੇ ਦਲਿਆ ਬੜਾ ਗਿੰਦੇ ਸਿਵਈਆਂ ਵਗੈਰਾ ਜਾਂ ਡੰਗਰਾ ਵਗੈਰਾ ਕੁਦੇ ਉਹਨਾਂ ਤੋਂ ਤੁਸੀਂ ਬਿਲਕੁਲ ਲੈ ਸਕਦੇ ਬਹੁਤ ਹੀ ਜ਼ਬਰਦਸਤ ਖੁਸ਼ਬੂ ਵਾਲੀ ਸ਼ਾਇ ਹੈ ਅਗਰ ਇੱਕ ਘਰ ਦੇ ਵਿੱਚ ਖੜੀ ਹੋਵੇ ਤਾਂ ਖੁਸ਼ਬੂ ਦਾ ਮਹਿਕਾਰ ਇਹਨਾਂ ਬਿਲਕੁਲ ਨਾਲ ਇੱਕ ਬਈ ਖੁਸ਼ਬੂਦਾਰ ਚੀਜ਼ ਹੈ ਜਿਹੜੇ ਦੋਸਤ ਸ਼ੌਕੀਨ ਫਿਰਾਂ ਇਹਨਾਂ ਖੁਸ਼ਬੂ ਦੇ ਉਹ ਦੇਖ ਸਕਦੇ ਨੀ ਕੋ ਬਿਲਕੁਲ ਦੇਖ ਇਹ ਅੰਦਾਜ਼ਾ ਲਾ ਸਕਦੇ ਵੇ ਨੀ ਫੁੱਲ ਤੂੰ ਵੀ ਇਹ ਕਿਹੜੀ ਸ਼ਾਇਦ ਫੁੱਲ ਹੈ ਦੋਸਤੋ ਇਹ ਹੈ ਰਬੇਲ ਜੇ ਕੋ ਚੰਬੇਲ ਵੀ ਆਧਨ ਉਰਦੂ ਦੇ ਵਿੱਚ ਤੇ ਅਸਾਂ ਸਰੇ ਕਿ ਜੀ ਗੁਰਾ ਬੇਲ ਆਧੇ ਬਿਲਕੁਲ ਇਹ ਬੈਲ ਹੁੰਦੀ ਹੈ ਇਹ ਤੁਸੀਂ ਇਹਦਾ ਲੜਿਆ ਦੇਖ ਸਕਦੇ ਵੇ ਇਹ ਬਿਲਕੁਲ ਇਹ ਵਰਲ ਦੀ ਕਾਰ ਹੁੰਦੀ ਹੈ ਬਹੁਤ ਹੀ ਜ਼ਬਰਦਸਤ ਖੁਸ਼ਬੂ ਦੋਸਤੋ ਜੂਹ ਜੂ ਦੀਵਾਰ ਹੁਣ ਆਸਨ ਵਿੱਚ ਨਾ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਇਹ ਮੈਂ ਕੈਮਰਾ ਉੱਤੇ ਬਿਲਕੁਲ ਫਿੱਟ ਕਰਕੇ ਤੁਹਾਨੂੰ ਦਿਖਾਉਂਦਾ ਪਿਆ نو دیکھ سکتے ہوئے کہ یہ جو دیواراں اسنیاں اے چیز بہت ہی زبردست تھی والی ہے اے رات کو اگر ان نال یعنی کہ سمو بے شک 10 15 فٹ دے فاصلے تے سمو تے اے بہت زیادہ خوشبو دیندی ہے صبح نال جو ہی بن اٹھتے بالکل ہر سارا مہکا کراون دوستو اگاں جلتے ہیں انشاءاللہ گا تو کو لکھے نے جو جو سسٹم اے پی دوستو میں ناراسو انشاءاللہ اے بالکل دوستو ہن آ گئے ہیں امرود ਇਹ ਹੈ ਅਮਰੂਦ ਇਹ ਕਿਹੜਾ ਅਮਰੂਦ ਹੈ ਇਹ ਹੈ ਜਿਹੜਾ ਸਾਰਾ ਸਾਲ ਫਲਦੇ ਬਿਲਕੁਲ ਮੈਂ ਦੇਖ ਸਕਦਾ ਹਾਂ ਬੱਚੇ ਇਨ ਛੋਟੇ ਛੋਟੇ ਘਰ ਦੇ ਵਿੱਚ ਤੇ ਬਹੁਤ ਜ਼ਿਆਦਾ ਇੰਤਹਾਈ ਜ਼ਿਆਦਾ ਕਿ ਮੈਂ ਤੁਹਾਨੂੰ ਪਹਿਲਾਂ ਵਿਲਾਗ ਤੇ ਜਿਖਾਇਆ ਮੇਰਾ ਜਿਹੜਾ ਬਾਹਰ ਅਮਰੂਦਾਂ ਦਾ ਬਾਗ ਹੈ ਬਾਗੀਚਾ ਉਹ ਮੈਂ ਤੁਹਾਨੂੰ ਲਿਖਾਇਆ ਤੇ ਇਹ ਉਹ ਨਸਲ ਹੈ ਉਹ ਵੈਰਾਈਟੀ ਇਹ ਬਿਲਕੁਲ ਸਾਰਾ ਸਾਲ ਫਲਦੇ ਹੁਣੀ ਦਾ ਜੂਹੇ ਫਲ ਹੈ ਮੁੱਕੇ ਦੇਖੋ ਦੇਖ ਸਕਦੇ ਹੋ ਕੁਝ ਬਿਲਕੁਲ ਬਹੁਤ ਥੋੜੇ ਦਾਣੇ ਬੱਚੇ ਹਨ ਮੈਂ ਹਾਲੇ ਕੱਚਾ ਖਰੀਦਿਆ ਬਹੁਤ ਥੋੜੇ ਦਾਣੇ ਬੱਚੇ ਖਣ ਲੱਗਨ ਜੂ ਹੀ ਬਿਲਕੁਲ ਸਾਫ ਥੀ ਸੀ ਤਕਰੀਬਨ ਇੱਕ ਵਾਦ ਗੋੜੀ ਛੋੜੀ ਅਸਾਂ ਕਰੇ ਸੂ ਗੋੜੀ ਕਰਕੇ ਤੇ ਇਨਸ਼ਾ ਅੱਲਾਹ ਵਾਤ ਇਹ ਫੌਰਨ ਫੁੱਲ ਚਾਹੀਏ ਅਸ ਭਾਵੇਂ ਜਿਹੜਾ ਘਰ ਮੈਂ ਹੈ ਸਰਦ ਹੈ ਇਹ ਥੋੜਾ ਬਹੁਤ ਕੱਚਾ ਹੈ ਤੇ ਥੋੜਾ ਮੋ ਪੱਕਾ ਹੈ ਬਿਲਕੁਲ ਆਖੀਰ ਦਾਣੇ ਬੱਚੇ ਖਣ ਦੇਖ ਸਕਦੇ ਬਹੁਤ ਜ਼ਬਰਦਸਤ ਹੈ ਮੈਂ ਤਵਕੀਨ ਇਨਸ਼ਾ ਅੱਲਾਹ ਅਖਾਟੂਰ ਲਿਖਣਾ ਦੋਸਤੋ ਦੇਖੋ ਇਹ ਤੁਸੀਂ ਦੇਖ ਸਕਦੇ ਹੋ ये कड़ी शायद है भाई जड़े जड़े दोस्त शौकीन हजरात इन जितने दोस्त शौकीन इन सारे देख सकते देखो है आड़ू आड़ू समझे ये आड़ू एक बिया बूटा है मैं तुख तो लिखेसा अगू वाडा बूटा है और जो बड़ा बूटा है उन दोते मैं वो क्या स बदम हाँ बदम की कलम छड़वाई है ये बिल्कुल मैं तो नजदीक करके दिखा लेकिन ये बिदम नहीं मैं कहता तुख तो बिदम की कलम दिखे स और जू ही हवा आई है जानि कि तेज़ और त्रुट गए है कलम क्योंकि वो जो होंगे ना दरख्त पहाड़ों के सारे कच्चे नाकाम है लेकिन अस कोशिश की दोस्तों आड़ू ये जोड़ा जो दोस् अगर ये फल ही कानी लग पे मैं अलहमदुल्लह जड़ी जड़ी शहातों में थीं सारे देहात असा वो हर शाय लाई पैसे जानि कि बच्चे सारे कैं किस्म फल तू मरहूम न थी मैं अगर दोस्तों जुलते हैं देखो हूँ ਦੋਸਤੋ 5-7 ਬੂਟੇ ਮੈਂ ਲਾਈ ਪਿਆ ਗੁਲਾਬ ਨੇ ਬਿਲਕੁਲ ਪਿਓਰ ਤੇ ਦੇਸੀ ਗੁਲਾਬ ਹੈ ਇਹ ਮੈਂ ਕਿਉ ਲਾਈ ਪਿਆ ਇਹਨਾਂ ਇੱਕ ਤਾਂ ਖੁਸ਼ਬੂ ਹੁੰਦੀ ਹੈ ਬਹੁਤ ਜ਼ਬਰਦਸਤ ਖੁਸ਼ਬੂ ਹੁੰਦੀ ਹੈ ਜਿਹੜੇ ਦੋਸਤ ਰੱਖਣ ਵਾਲੇ ਹਨ ਉਹਨਾਂ ਨੂੰ ਪਤਾ ਹੈ ਬਹੁਤ ਹੀ ਜ਼ਬਰਦਸਤ ਖੁਸ਼ਬੂ ਹੁੰਦੀ ਹੈ ਇਹ ਬਿਲਕੁਲ ਮੈਂ ਇਹਨਾਂ ਤੋਂ ਫੁੱਲ ਕਮਲ ਕਮ 3 ਤੋਂ 4 ਕਿਲੋ ਜਿਤਨੇ ਫੁੱਲ ਮੈਂ ਨੇ ਛੋਟੇ ਬੂਟੇ ਤੋਂ ਤੋੜ ਚੁੱਕਾ ਸਿਰਫ ਗੁਲਕੰਦ ਵਾਸਤੇ ਦੋਸਤੋ ਅਗਰ ਇਹਨਾਂ ਗੁਲਾਬਾਂ ਦਾ ਆਪਣੇ ਘਰ ਦੇ ਗੁਲਕੰਦ ਬੜਾ ਕੇ ਇਸਤੇਮਾਲ ਕੀਤਾ ਵੰਜੇ ਆਪ ਖੁਦ ਖਾਦਾ ਵੰਜੇ ਇੱਕ ਚਮਚੀ ਦੂ ਰੋਜ਼ਾਨਾ ਤਾਂ ਸਭ ਤੋਂ ਜ਼ਿਆਦਾ ਫਾਇਦਾ ਹੈ ਮੈ ਤਾਂ ਬਿਲਕੁਲ ਫਰੈਸ਼ ਫਰੈਸ਼ ਰਹਿੰਦੇ ਇਹ ਦੋਸਤੋ ਮੇਰੇ ਗੁਲਾਬ ਦਾ ਤੀਜਾ ਬੂਟਾ ਬਿਲਕੁਲ ਇਹ ਦੂ ਸਾਲ ਜੁਆਨ ਪੈ ਇਹ ਵੀ ਪਿਛਲੇ ਸਾਲ ਮੈ ਲਾਇਆ ਹਾਂ ਯਾਨੀ ਕਿ ਪਿਛਲੇ ਸਾਲ ਹੀ ਕੋ ਨਾ ਫੁੱਲ ਝੱਲਿਆ ਤੇ ਹੁਣੀ ਨਾ ਇਹ ਫੁੱਲ ਇਤਨ ਇਹ ਫੁੱਲ ਉਹ ਹਿੰ ਜਿਹੜੇ ਕੱਲ ਪਰਸ ਮੈਂ ਤਰੋੜ ਗਿਦਨ ਮਿਲੂ ਦੇਖ ਸਕਦੇ ਇਹ ਬਿਲਕੁਲ ਮੁਰਛਾ ਹੈ ਖਣ ਖੁਸ਼ਬੂ ਅਲਹਮਦੁਲਿਲਾ ਇਹਨਾਂ ਚ ਹੁਣੀ ਹੈ ਭਾਈ ਇਹ ਬਿਲਕੁਲ ਮੁਰਝਾਏ ਖਣੇ ਸਿਰਫ ਪੱਤੇ ਇਹ ਸਭ ਇਹ ਜ਼ਾਇਉ ਥੀ ਵੰਨ ਯਾਰ ਇਹ ਤੁਸਾਂ ਮੈਂ ਤੋ ਕਲੇ ਦਿਖਾਉ ਇਹ ਇਹ ਜਿਹੜੇ ਪੈਨ ਥੀ ਇਹ ਤਾਂ ਪੱਤੇ ਹਨ ਪਿਆ ਇਹ ਜਲਿਆ ਹੋਣਾ ਪੱਤਿਆਂ ਦੇ ਜਨਕ ਜਿਹੜੇ ਸੜ ਗਏ ਹਨ ਹਵਾ ਦੀ وجہ ਤੋਂ ਜਾਂ ਕਾਇ وجہ ਤੋਂ ਇਹ ਦੋਸਤੋ ਆਇਆ ਖਣਾ ਮੈਂ ਹੁਣ ਬਾਏ ਦੂਜੇ ਗੁਲਾਬ ਦੇ ਬੂਟੇ ਤੇ ਇਹ ਦੂਜਾ ਨਹੀਂ ਹਾਲਕ ਇਹ ਚੌਥਾ ਗੁਲਾਬ ਦਾ ਬੂਟਾ ਹੈ ਉਹਦੇ ਤੇ ਆਇਆ ਖਣਾ ਤੇ ਆ ਤੋ ਆਕੂ ਮੈਂ ਬਿਲਕੁਲ ਈ ਵੈਰਾਈਟੀ ਦੇਸੀ ਵੈਰਾਈਟੀ ਦੇ मैं तो आखिरी बूटा लिखा लाँ ये आखिरी बूटा है मेरे घर वैसे अगो ये तो सही बिल्कुल ना काला गुलाब बूटा ही मैं ही साल बताई पाला दोस्तों गिफ्ट दिते कम अज़ कम इस साल ये मैं अस्सी तो पचास बूटा लाया जो तकरीबन सत्तर बहत्तर बूटा कामजाब थिया कलमा तो अगर लिखे सो इं दफा मैं ज्यादा कहना पफा मैं पियां भी बावी दाने तकरीबन ज पी दिए वैसे ज़्यादातर तो मैं ले प दोस्तों मैं सारे दोस्तों को मशवरा के फ फल के अगर फुले ही घर चलाया वनता एक घर दी यानी कि रौनक बाद उ खुशबू दो अपना एक मजा ये दोस्तों दो देख सद भलां दोस्त ये बिल्कुल खंजूर दरख्त खजी हे पैक डी आता पे ये तो उत मैं फिट की पे एक स्पीकर बैल ਫੀਲੇ ਫੁੱਲਾਂ ਲਈ ਨਹੀਂ ਹੁੰਦੇ ਅਕਸਰ ਗੇਡਾਂ ਦਾ ਤੇ ਲੜਕੀ ਪਈ ਹੁੰਦੀ ਉਹ ਬਿਲਕੁਲ ਹੋ ਨਹੀਂ ਮੌਸਮ ਕਹ ਨਹੀਂ ਜਨ ਕੇ ਫੁੱਲਾਂ ਦਾ ਇਹ ਬਿਲਕੁਲ ਉੱਤੇ ਚੜੀ ਪਈ ਤੋੜ ਤੇ ਗਾਚੇ ਤੱਕ ਇਹ ਦੋਸਤੋ ਆ ਗਏ ਹਨ ਦੇਖ ਬੀਆ ਆਊਟ ਦਾ ਬੂਟਾ ਜਿਹੜਾ ਮੈਂ ਬਿਲਕੁਲ ਪਿਓਰ ਫਰੈਸ਼ ਇਸ ਸਾਲ ਲਾਇਆ ਇਸ ਸਾਲ ਜਿਹੜਾ ਮੈਂ ਲਾਇਆ ਕਮਜ਼ ਕਮ ਅਢਾਈ ਤੋਂ 3 ਫੁੱਟ ਦਾ ਬੂਟਾ ਹ ਅਲਹਮਦੁਲਿਲਾ ਮੈਂ ਮਿਹਨਤ ਕਰਨਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਤੋਂ ਪੱਲ ਤੋਂ ਅੰਦਾਜ਼ਾ ਲਾ ਸਕਦੇ ਬਿਲਕੁਲ ਇੱਕ ਸਾਲ ਦਾ ਬੂਟਾ ਨਹੀਂ ਮੈਂ ਤਾਂ ਦਾ ਸਾਲ ਹੀ ਕੋ ਕਹਿ ਨਹੀਂ ਤੇ ਹਾਲਤ ਇਹ ਦੋਸਤੋ ਇਹ ਅਨਾਰ ਦਾ ਬੂਟਾ ਇਹ ਜਿਹੜੇ ਦੋਸਤ ਸ਼ੌਕੀਨ ਅਜ਼ਰਾਤ ਹਨ ਉਹ ਦੇਖ ਸਕਦੇ ਇਹ ਬਿਲਕੁਲ ਅਨਾਰ ਦਾ ਬੂਟਾ ਹੈ ਪਿਆ ਇਹ ਬਿਲਕੁਲ ਇਹ ਹਲਕਾ ਨਹੀਂ ਪੱਲਾ ਕਿਉਂਕਿ ਇਹਦੀ ਉਮਰ ਦੀ ਯਾਨੀ ਕਿ ਇਹਦੀ ਹਲ ਫਲਣ ਦੀ ਉਮਰ ਕਿੰਨੀ ਦੋਸਤੋ ਇਹ ਤੁਹਾਨੂੰ ਦੇਖ ਸਕਦੇ ਹੋ ਅਮਰੂਦ ਦਾ ਬੂਟਾ ਇਹ ਕਮਸ ਕਮ 2.5 ਸਾਲ 2.5 ਨਹੀਂ 3 ਸਾਲ ਤਕਰੀਬਨ ਬਹਿਰ ਸਾਰੇ ਉਹ ਬਾਗ਼ੀਚੇ ਤੇ ਲੱਗ ਰਹੇ ਜਿਹੜੇ ਬਾਗ਼ੀਚੇ ਦਾ ਮੈਂ ਪਹਿਲੇ ਤੁਹਾਨੂੰ ਵਿਲਾਗ ਦਿੱਤੇ ਉਹਦੇ ਚ ਲੱਗ ਰਹੇ ਉਥਾਂ ਵਧਦਾ ਨਾ ਜੀ ਪਤਾ ਨਹੀਂ ਕੀ ਰੋਲ ਹੈ ਇਹਦੇ ਕੀ ਚੱਕਰ ਰਹੀ ਮੈਂ ਈ ਸਾਲ ਪਾਟ ਕੇ ਥਾਲਾ ਲਿੱਤੇ ਬਿਲਕੁਲ ਇਹ ਬਿਲਕੁਲ ਨਹੀਂ ਮੈਂ ਸ਼ਾਖਾਂ ਕੱਢੀ ਕੜੇ ਤੁਸੀਂ ਦੇਖ ਸਕਦੇ ਹੋ ਅੰਦਾਜ਼ਾ ਲਾ ਸਕਦੇ ਹੋ ਇਹ ਦੋਸਤੋ ਮੇਰੇ ਘਰ ਦਾ ਇਹ ਇੱਕ ਉਹ ਵੈਰਾਈਟੀ ਹੈ ਬਹੁਤ ਜ਼ਬਰਦਸਤ ਵੈਰਾਈਟੀ ਹੈ ਇਹ ਇੰਤਹਾਈ ਲਜੀਜ਼ ਹੁੰਦੇ ਹੈ ਬਿਲਕੁਲ ਇੰਤਹਾਈ ਲਾਜ਼ੀਜ਼ ਹੁੰਦੇ ਬਹੁਤ ਇਹਦਾ ਖੁਸ਼ਬੂਦਾਰ ਜ਼ਾਇਕਾ ਹੁੰਦਾ ਇਸ ਸਪੈਸ਼ਲ ਅਸ ਮੰਗਵਾਇ ਹਿਕ ਬੂਟਾ ਲੈਤਾ ਇੱਕ ਦੋਸਤ ਹੈ ਉਸਾਂ ਕੋ ਤੋਹਫਾ ਕੀਤਾ ਐ ਮੈਂ ਤੇ ਇਸ ਵਕਤ ਤੁਕ ਆਖਿਆ ਸਾਕੇ ਯਾਰ ਇਸ ਕੋਈ ਤਾ ਵਣੇ ਇਹ ਇਹ ਦੋਸਤ ਅਮਰੂਦ ਪੈਤੀਆ ਟਿਕਟ ਚੈੱਕ ਕਰਕੇ ਰਿਖਾਨੇ ਦੋਸਤੋ ਤੁਸੀਂ ਆ ਬਿਠੇ ਰਹ ਅਮਰੂਦ ਮੈਂ ਚਾਹ ਬਿਲਕੁਲ ਅਮਰੂਦ ਮੇਰੇ ਹੱਥ ਦੇ ਵਿੱਚ ਖੜੇ ਤਿਆ ਹੁਣ ਫਿਲਹਾਲ ਯਾਰੀ ਨਹੀਂ ਐ ਜਿਆਦਾ ਤੇ ਇਹ ਚੈੱਕ ਕਰੋ ਨਾ ਚਾਹ ਮੈਂ ਤਾਂ ਇਹ ਮਾਕਸਾਂ ਵੀ ਚੈੱਕ ਕਰੂ ਚਾਹ ਦੇਖੋ ਦੋਸਤੋ ਨੂੰ ਦੱਸੋ ਦੇਖੋ ਜਾਇ ਕੋਈ ਨਾ ਕਿ ਤੇ ਮਜ਼ੇ ਦੀ ਗੱਲ ਪਤਾ ਕੀ ਹੈ ਇਹ ਜਿਹੜਾ ਬੂਟਾ ਹੈ ਮੈਂ ਤਾਂ ਉਹ ਦਿਖਾਇਆ ਬਿਲਕੁਲ ਇਹ ਆਖਿਰ ਤੋਂ ਜਿਹੜਾ ਦਿਖਾਇਆ ਮੈਂ ਇਹ ਬੂਟਾ ਬਿਲਕੁਲ ਇਹ ਤਕਰੀਬਨ ਮੇਰੀ ਬੱਚੀ ਹੈ ਇਹਨਾਂ ਤੋਂ ਫਲ ਹੈ ਮੈਂ ਥੋੜਾ ਹੀ ਤਕਰੀਬਨ 4-5 ਕਿਲੋ ਵਾਲੇ ਤਨਾ ਫਲ ਹੈ ਤੇ ਉਹ ਬੱਚੀ ਹੈ ਮੇਰੀ ਛੋਟੀ ਜਿਹੀ ਤੇ ਉਹ ਇਹ ਮੈਂ ਚੈੱਕ ਕਰ 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 ਹਿੱਕ ਕੋਈ ਨਾ ਹੋ ਮਰੇਂਦੀ ਹੈ ਇਹ ਮੈਂ ਵੀ अब मैं चेक करेंगे इधर ना हूँ मार मार मारूं सारे ख़राब कर छोड़े ज़रा पक्का कड़ा दावों वो खा बैंड है ज़रा नहीं पक्का यहाँ दाव वो कुछ जोन की मेज़ाईयों कर दे दोस्तों चेक करेंगे बहुत ज़बरदस्त है दोस्तों बहुत अलग वैराइटी है हम्म ਦੋਸਤੋ ਅਮਰੂਦ ਖਸਪੁਰਾਂ ਦੇ ਤੋਂ ਇਨਸ਼ਾ ਅੱਲਾਹ ਨੂੰ ਕੋ ਅਗੰਧ ਬਾਗੀ ਚੜੀ ਖਣਾ ਦੋਸਤੋ ਅਮਰੂਦ ਬਹੁਤ ਮਿੱਠਾ ਹੈ ਬਹੁਤ ਮਜ਼ੇਦ ਹੈ ਨਰਮ ਹੈ ਸਖਤ ਨਹੀਂ ਜੇ ਹੁਣ ਮੇਰੀ ਹਣੂ ਦੇ ਇੱਕ ਦਾਣੇ ਸਾਸਿ ਗਏ ਚਲੋ ਨਿਕਲਾ ਸੀ ਦੋਸਤੋ ਇਹ ਹੈ ਨਿ ਬੋਇਆ ਇਹ ਹੀ ਅਲਹਮਦੁਲਿਲਾ ਸਾਰਾ ਸਾਲ ਫਲਣ ਵਾਲਾ ਹੈ ਬਿਲਕੁਲ ਸਾਰਾ ਸਾਲ ਤੇ ਇਹ ਸੀਡਲੈਸ ਦੇਸੀ ਸੀਡਲੈਸ ਜਿਹਨ ਕਿ ਇੰਦੇ ਹੁੰਦਾ ਹੈ ਬੀਜਤ ਹੁੰਦੇ ਪਿਛੇ ਆਖਰ ਕਿਹੜੀ ਸ਼ਾਇ ਜਿਹੜੀ ਬਗੈਰ ਬੀਜੇ ਅੱਲਾਹ ਤਾਲਾ ਪੈਦਾ ਕੀਤੀ ਹੈ بھیجا ہوندا لیکن بہو گھاٹو ہوندا یعنی کہ 1 تو 2 دانہ بھیجتا ہوں دوستو اگر جلدی پے ہیں یہ بالکل ان نبوے دے نال اے ہے سیب سیب تو ہر بندہ امیر ہے یا غریب او کھا دے کیونکہ بہت زبردست خون بناون والے غذا ہے بھائی یہ بالکل میں کوئی کوڑ نہ کرے کوئی فراڈ کوئی جھوٹ کا نہیں سارے کول دوستو بالکل حالت ہے کہنے فلا تقریبا 2 3 سال جے نا پے لیکن ایک بھائی حیران کی دی گل ہے یعنی تے کوئی سمجھ نہیں آندی ਇਹ ਫਲਿਆਈ ਕਾਨੀ ਸਾਡੇ ਕੋਲ ਹੈ ਕਿਉਂ ਤੁਸੀਂ ਇਹਨਾਂ ਤੱਕ ਦੇਖ ਸਕਦੇ ਹੋ ਇਹਦੇ ਨਿੱਕੇ ਨਿੱਕੇ ਬੱਚੇ ਨਿਕਤੇ ਹਨ ਇਹ ਇਹ ਹੈ ਪਿਆ ਇਹ ਹੈ ਪਿਆ ਇਹ ਇਹ ਬਿਆ ਇਹ ਹੈ ਪਿਆ ਪਰ ਕੋਈ ਸਮਝ ਨਹੀਂ ਆ ਨਹੀਂ ਸਕੂ ਦੋਸਤੋ ਹੁਣ ਜਿਹੜੀ ਸ਼ਾਇਰ ਮੈਂ ਤੁਹਾਨੂੰ ਦਿਖਾਉਣਾ ਹੈ ਇਨਸ਼ਾਅੱਲਾ ਤੁਹਾਨੂੰ ਬਹੁਤ ਹੀ ਦੇਖ ਕੇ ਖੁਸ਼ੀ ਹੋਵੇ ਇਹ ਹੈ ਦੋਸਤੋ ਰਾਤ ਦੀ ਰਾਣੀ ਰਾਤ ਦੀ ਰਾਣੀ ਰਾਤ ਦੇ ਰਾਣੀ ਦੀ ਖੁਸ਼ਬੂ ਇਤਨੇ ਹੁੰਦੀ ਹੈ ਕਿ ਅਗਰ ਇੱਕ ਘਰ ਦੇ ਵਿੱਚ ਲੱਗੀ ਖੜੀ ਹੋਵੇ ਸਾਰੇ ਤਾਜ਼ਮਈ ਹੁਸ਼ਾਇ ਹੈ ਅਗਰ ਇੱਕ ਘਰ ਦੇ ਚ ਲਗੀ ਖੜੀ ਹੋਵੇ ਤਾਂ ਘਰ ਦੇ ਚ ਕਾ ਨਾਲ ਮਹੱਲੇ ਵਾਲਿਆਂ ਨੂੰ ਖੁਦੀ ਦੀ ਖੁਸ਼ਬੂ ਮਹਿਸੂਸ ਦਿੰਦੇ ਪਤਾ ਨਹੀਂ ਘਰ ਦੇ ਚ ਕਾ ਇਹਨਾਂ ਪੌਦਾ ਲਾਇਆ ਦੋਸਤੋ ਉਹ ਗਾ ਜੁਲਦੇ ਇਹ ਹਿੰਦਸਤੋ ਇਹ ਅੰਬ ਬਿਲਕੁਲੀ ਨਮਾ ਗੱਲ ਆ ਪੂਰੇ ਮੇਰੇ ਆਪਣਾ ਅੰਬਾਂ ਦਾ ਇੱਕ ਬਦਾ ਮੈਨ ਬਾਗ ਹੈ ਉਥੋਂ ਮੈਂ ਚੁਣਿਆ ਹਾਂ ਕੁਲਿਆਂ ਤੇ ਕੁਝ ਕਾਮਯਾਬ ਥੇ ਹਨ ਯਾਨਕ 4-5 4-5 ਦੇ ਵਿੱਚੋਂ ਇੱਕ ਰਾਤ ਸਿਆ ਬੜੀ ਹੈ ਇਹ ਤੁਸੀਂ ਚਾਹ ਦੇਖ ਸਕਦੇ ਹੋ ਕਿਥਾ ਹਾਈ ਪਿਆ ਯਾਨੀ ਕਿ ਅੰਬ ਉਹ ਹੀ ਖਾ ਗਿਆ ਤੇ ਨਾਲ ਇਹ ਬਿਲਕੁਲ ਸੋਟਾ ਜੀ ਤੋਂ ਕੋ ਦਿਸਦਾ ਪੀਓ ਸੀ ਇਤਨੇ ਖਾ ਗਿਆ ਲਾਈਕ ਐਂ ਇੰਜਵਾ ਤੇ ਜਿੱਥਾ ਅੰਬ ਭਾਈ ਥਾਂ ਸੇ ਖਾ ਗਿਆ ਕਿ ਐਸੇ ਤਕਰੀਬਨ ਵੜੀਠੀ ਹੈ ਜਾਂ ਕਿ ਇਹ ਵਡੇ ਵਡੇ ਕੰਡੇ ਹੁੰਦੇ ਬਿਲਕੁਲ ਕੱਢ ਦੋ ਤੇ ਸਾਰੇ ਮੂੰਹ ਦੇ ਉੱਤੇ ਇੰਦਾ ਕੋਈ ਜਾਨਵਰ ਸ਼ਿਕਾਰ ਨਹੀਂ ਕਰ ਸਕਦਾ ਤੇ ਇਹ ਤੁਹਾਨੂੰ ਦੇਖ ਸਕਦੇ ਹੋ ਇਹ ਸਫੈਦ ਜੀਰਾ ਚਲੋ ਮੈਂ ਆਖ ਬੀਆ ਕੁਝ ਨਾ ਉਹ ਖਰ ਦੇ ਵਿੱਚ ਜੋ ਆਏ ਤੇ ਮੈਂ ਮਿਲਾ ਦਿੱਤਾ ਆ ਮੈਂ ਚਲੋ ਦੇਦੇ ਸਾਰੇ ਕੁਲ ਜਮ ਦੇ ਜਨੀ ਜਮ ਮੈਂ ਢੋਲੇ ਸਟੇ ਅੱਲਾ ਕਿਤੇ ਜਮ ਆ ਇਹ ਦੋਸਤੋ ਇਹ ਸਾਈਡ ਦੇਖੋ ਇਹ ਇੱਥੇ ਮੈਂ ਟੋਟਲ ਸਾਰਿਆਂ ਬਿਲਕੁਲ ਕਲਮਾਂ ਲਈ ਪਿਆ ਇਹ ਬਿਲਕੁਲ ਕਾਲੇ ਗੁਲਾਬ ਦੀ ਕਲਾ ਮੈਂ ਅਲਹਮਦੁਲਿਲਾ ਅਗਲੇ ਸਾਲ ਤੈ ਤਿਆਰ ਸੀ ਲੇਕਿਨ ਯਾਰ ਇੰਦੀ ਵਫਾ ਨਾ ਪ੍ਰੋਗਰਾਮ ਦੇ ਵਿੱਚ ਮ रह ਗਿਆ ਮੋ ਜ਼ਿਆਦਾ ਪ੍ਰੋਗਰਾਮ ਹੈ ਤੇ ਉਹਨਾਂ ਦੀ ਵਜ੍ਹਾ ਤੋਂ ਯਾਨੀ ਕਿ ਮੈਂ ਇਹਨਾਂ ਦੀ ਹਿਫਾਜ਼ਤ ਨਾ ਕਰ ਸਕਦਾ ਬਿਲਕੁਲ ਹਾਲੇ ਤਾਂ ਮੈਨੂੰ ਗੋਡੀ ਕੀਤੀ ਗਣੀ ਨਾ ਪਾਣੀ ਨੱਕ ਮੇਰੇ ਤੂੰ ਦੇਖ ਸਕਦੇ ਹੋ ਜ਼ਮੀਨ ਬਿਲਕੁਲ ਖੁਰੜੀ ਸਹੀ ਪਈ ਹੈ ਤੇ ਇਹ ਕੁਝ ਹੈ ਪਿਆਂ ਦੇ ਵਿੱਚ ਇਹ ਚੀਜ਼ ਦੋਸਤੋ ਦੇਖੋ ਮੈਨੂੰ ਇਹਦਾ ਨਾਂ ਦਾ ਪਤਾ ਹੈ ਨਾ ਇਹਦਾ ਮੈਨੂੰ ਕੋਈ ਫਾਇਦਾ ਦਾ ਪਤਾ ਹੈ ਨਾ ਕਾਸ਼ ਬਾਈ ਦਾ ਪਤਾ ਹੈ ਪਿਆ ਤੁਸੀਂ ਮੈਨੂੰ ਕਮੈਂਟਸ ਕਰਕੇ ਦੱਸੋ ਵੀ ਇਹ ਕੀ ਬਲਾ ਹੈ ਭਾਈ ਇਹ ਦੇਖੋ ਦੋਸਤੋ ਇਹ ਗੁਲਾਬ ਦੇ ਬੂਟੇ ਜਿਹੜੇ ਪਿਛਲੇ ਸਾਲ ਮੈਂ ਤਕਰੀਬਨ 85 ਕਲਾ ਮਲਾਈ ਹਾਈ ਉਹਨਾਂ ਦੇ ਵਿੱਚੋਂ ਇਹ ਬਚ ਗਏ ਇਹ ਗੁਲਾਬ ਵਿੱਚ ਆਏ ਹਨ ਬਿਲਕੁਲ ਇਹ ਪੂਰਾ ਸਾਲ ਦਾ ਮੁਕਮਲ ਹੀ ਕਹਿਣੀ ਥਿਆ दोस्तों ये रिश्ता खिलाओ भाते था अमरूद अमरूद मैं तो फल ही खाव ये दोस्तों अमरूद फल है पिया ये है देसी अमरूद यानी कि ये बस अक्सर इन कीड़ा पाए पाया खराब थी अमरूद देसी अमरूद एक बिया रौला हों दोस्तों कि ये फल बहुत ही थोड़ा चाहते तो ये पौधा बहुत ही बड़ा बहुत ज्यादा जेडी रोकने की कोशिश करो कट्टो भाव शाखा तो्रोड़ो भाती है ये बहुत ही ज्यादा वादा ਦੋਸਤੋ ਇਹ ਹੈ ਆੜੂ ਇਹ ਮਤਲਬ ਜਿਹੜਾ ਦੱਸੇ ਪਈਂਦ ਤਮੈਂ ਬਿਦਾਮ ਦੀ ਕਲਮ ਛੜਵਾਈ ਹੈ ਤੇ ਨਾਕਾਮ ਤੇ ਵਾਕਈ ਨਾਕਾਮ થઈ ਹੈ ਇਥਾ ਤੇ ਉਹ ਟਰਟ ਗਈ ਹੈ ਯਾਨੀ ਕਿ ਪਤਾ ਨਹੀਂ ਫਲ ਚਾਇਆ ਅਸਸ ਜਨ ਅਸਸ ਆਇਆ ਮੈਂ ਖਿਆਲ ਨਹੀਂ ਕੀਤਾ ਤੇ ਉਹ ਹਨ੍ਹਾਰ ਦੇ ਨਾਲ ਟਰਟ ਗਈ ਇਹ ਬਹੁਤ ਵੱਡਾ ਬੂਟਾ ਹੈ ਪੀ ਮੈਂ ਛੜ ਪਿੱਛਾ ਤੇ ਦਿਖਾਉਂ ਤੇ ਇਹ ਬਹੁਤ ਜ਼ਿਆਦਾ ਫਲ ਜਨ ਦੋਸਤੋ ਹੁਣ ਤੁਸੀਂ ਦੇਖੋ ਇਹ ਉਹ ਚੀਜ਼ ਮੈਂ ਤੁਹਾਨੂੰ ਦਿਖਾਉਂਦਾ ਪਿਆ आ, थी करीमा थी थी जे अक्सर शैम्पू इस्तेमालु थींदी आहे क्रीम जेमाल थींदी आहे अक्सर कास्मेटिक जिते साज़ो सामान ख़ूबसूरत बनाव वारा चहिरे ते निखार गण उमाल थींदी इहो कोन एलोवेरा जी असां ई कोंर बूटी हूं कुर बूटी त ला सघंदव कुंवार कुन कु उन तां यानी की शहरे त पी कहिड़ा लफ़्ज़ लिते अगर एजाते है कुआर बूटी यानी कि औरत भावें बुजुर्ग हो अगर एक को शुरू कर लेवे तो कुंर थी वे नौजवान थी वे बिल्कुल बिल्कुल है बिल्कुल इनके चेहरे तो बिल्कुल इन बहुत ज्यादा ही निखार आया दोस्तों अगर शैम्पू के बच रला के इवें एक कूट के यानी कि वैसे तो एक इस्तेमाल करो वाला के अगर वाल झड़ते हो झड़े हुए वाल रुक लगे अलहमदुल्ला बिल्कुल साजमादा है ਤੇ ਇਹ ਮਜ਼ੇ ਦੀ ਗੱਲ ਇਹਦੇ ਚ ਬਈ ਹੈ ਨਾ ਗਰੰਗਰਾ ਸ਼ੰਗਰ ਬਗਰ ਯਾਨੀ ਕੋਈ ਹਵਾ ਸ਼ਵਾ ਕੋ ਗੈਸ ਵਗੈਰਾ ਜਿਵੇਂ ਇਨਸਾਨਾ ਕੋ ਤੀਂ ਦੇ ਗੈਸ ਅਗਰ ਉਮੇ ਥੀ ਵਜੇ ਤਾਂ ਇਹ ਅਗਰ ਹੀਕ ਡੂ ਕੋ ਫੜਾ ਦਿਓ ਚਾ ਇਹਦਾ ਕੁਝ ਨਹੀਂ ਵਾਲੇ ਡੂ ਚਰ ਖਵਾਓ ਚਾ ਤੇ ਬਿਲਕੁਲ ਹੁੰਦੀ ਤਬੀਅਤ ਯਾਨੀ ਕਿ 5-10 ਮਿੰਟ ਨਾਲ ਬਿਲਕੁਲ ਫਰੈਸ਼ ਥੀ ਵੰਦੀ ਦੋਸਤੋ ਮੈਂ ਤੁਹਾਨੂੰ ਦਿਖਾਏ ਹਰ ਚੀਜ਼ ਦਾ ਫਾਇਦ ਚਲੋ ਇਹ ਬਿਲਕੁਲ ਸਾਰੇ ਮੈਂ ਘਰ ਦੇ ਵਿੱਚ ਲਈ ਪਿਆ ਸਾਰਾ ਸਿਸਟਮ ਦੇਖ ਸਕਦੇ ਇਹ ਨਿਬੋਏ ਹਿੰਦ ਤੇ ਉਹ ਜਿਹੜੀਆਂ ਚੀਜ਼ਾਂ ਹਨ ਮੇਰੇ ਘਰ ਦਾ ਬਿਲਕੁਲ ਤੋਂ ਸਾਰਾ ਮਾਹੌਲ ਦੇਖ ਸਕਦੇ ਹੋ ਦੋਸਤੋ ਇਹ ਬੀਆ ਗੁਲਾਬ ਦਾ ਪੁੱਲ ਇੱਥੇ ਮੈਂ ਪਟੇਨ ਗੁਲਾਬ ਦੇ ਵੁਟੇ ਇਹ ਤੁਸੀਂ ਦੇਖ ਸਕਦੇ ਹੋ ਸ਼ਹਿਦ ਦੀ ਮੱਖੀ ਫੁੱਲ ਦੇ ਵਿੱਚ ਵੜੀ ਪਈ ਹੈ ਕਿਉਂਕਿ ਇਹ ਇਨਾ ਫੁੱਲਾਂ ਦਾ ਇਨਾ ਫੁੱਲਾਂ ਦਾ ਇਹ ਸ਼ਹਿਦ ਪਰਦਾ ਜਿਹੜਾ ਅਸੀਂ ਇਸਤੇਮਾਲ ਕਰਦੇ ਜਿਹੜੀ ਨਬੀ ਦੀ ਸੁਨਹਤ ਹੈ ਇਹ ਦੋਸਤੋ ਇਹ ਕਾਲਾ ਗੁਲਾਬ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪਿਓਰ ਕਾਲਾ ਤਾਂ ਨਹੀਂ ਤੇ ਇਹ ਕਾਲਾ ਗੁਲਾਬ ਹੈ देख सकते हो लेकिन अलहमदुल्ला सुखद सुखदा 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 दोस्त मेरे घर का माहौल है सारा एक पास सोलर प्लेट है यानी कि अलहमदुल्ला बघी चलाई ही पाए हैं दोस्तों अगर मेरा विलाग तो पसंद आया हो मेरे चैनल सब्सक्राइब करे सो ना कटन दुप उतारा ताकि हर आमान भीडियो बहुत बहुत जल्द मिल पे दोस्तों नाल थोड़ा जाए कि जो अंगूठे का निशान होंगे दबा लिता करो लेख लिता करो ताकि सारे हो ठीक है दोस्तों इन शाला मिल सको अगले अगला आगे फिलहाल